ਗੱਲ ਕਰਾਂਗੇ ਬਾਲੀਵੁੱਡ ਇੰਡਸਟਰੀ ਦੇ ਬਾਰੇ ਤੋਂ ਅੰਦਾਜ਼ਨ ਦਿੰਦੇ ਆ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਈ ਉਤਰਾ ਚੜਾ ਆਏ ਨੇ ਤੇ ਸਾਰਿਆਂ ਨੇ ਸਮੇਂ-ਸਮੇਂ ਤੇ ਬਾਲੀਵੁੱਡ ਇੰਡਸਟਰੀ ਨੂੰ ਬਦਲਦੇ ਹੋਏ ਦੇਖਿਆ ਕਰੋਨਾ ਕਾਲ ਦੇ ਆਉਣ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਵੱਡੇ ਬਦਲਾਅ ਹੋਏ ਨੇ ਤੇ ਪਿਛਲੇ 2 ਸਾਲਾਂ ਦੇ ਵਿੱਚ ਸਿਨੇਮਾ ਇੰਨਾ ਬਦਲ ਚੁੱਕਿਆ ਹੈ ਕਿ ਲੋਕਾਂ ਦੀ ਉਮੀਦ ਵੀ ਸਿਨੇਮਾ ਤੋਂ ਹੋਰ ਵੱਧ ਚੁੱਕੀ ਹੈ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਦੀ ਕਸ਼ਮੀਰ ਫਾਈਲਜ਼ ਨੇ ਸਿਨੇਮਾ ਕਰਨ ਦੇ ਵਿੱਚ ਕਮਾਲ ਕੀਤਾ ਸੀ ਤੇ ਹੁਣ ਇਸ ਨੂੰ ਬਣਾਉਣ ਵਾਲੇ ਡਾਇਰੈਕਟਰ ਵਿਵੇਕ ਅਗਨੀ ਹੋਤਰੀ ਨੇ ਸ਼ਾਹ ਟਵੀਟ ਦੇ ਵਿੱਚ ਵਿਵੇਕ ਅਗਨੀ ਹੋਤਰੀ ਨੇ ਬਿਨਾ ਇਨਾ ਸਿਤਾਰਿਆਂ ਦੇ ਨਾਮ ਲਏ ਇਹ ਕਹਿ ਦਿੱਤਾ ਹੈ ਕਿ ਜਦੋਂ ਤੱਕ ਇਹ ਸਿਤਾਰੇ ਇੰਡਸਟਰੀ ਦੇ ਵਿੱਚ ਨੇ ਉਦੋਂ ਤੱਕ ਇੰਡਸਟਰੀ ਡੁੱਬਦੀ ਹੀ ਰਹੇਗੀ। ਦਰਅਸਲ ਇੱਕ ਟਵੀਟ ਦੇ ਵਿੱਚ ਵਿਵੇਕ ਨੇ ਲਿਖਿਆ ਕਿ ਜਦੋਂ ਤੱਕ ਕਿ ਕਿੰਗ ਬਾਦਸ਼ਾਹ ਤੇ ਸੁਲਤਾਨ ਬਾਲੀਵੁੱਡ ਦੇ ਵਿੱਚ ਨੇ ਹਿੰਦੀ ਸਿਨੇਮਾ ਡੁੱਬਦਾ ਹੀ ਰਹੇਗਾ। ਲੋਕਾਂ ਦੀ ਕਹਾਣੀ ਨੂੰ ਅੱਗੇ ਲਿਆ ਕੇ ਇਸ ਨੂੰ ਲੋਕਾਂ ਦੀ ਇੰਡਸਟਰੀ ਬਣਾਓ ਉਦੋਂ ਹੀ ਗਲੋਬਲ ਫਿਲਮ ਇੰਡਸਟਰੀ ਬਣ ਕੇ ਲੀਡ ਕਰ ਪਾਏਗੀ। ਇਹ ਹੀ ਸੱਚ ਹੈ। ਦਰਅਸਲ ਵਿਵੇਕ ਅਗਨੀ ਹੋਤਰੀ ਇਹ ਨਹੀਂ ਦਿੰਨੀ ਆਪਣੀ ਫਿਲਮ ਦੀ ਦਿੱਲੀ ਫਾਈਲਸ ਤੇ ਕੰਮ ਕਰ ਰਹੇ ਨੇ ਤੇ ਇਸ ਦੇ ਵਿੱਚ 1984 ਛੋਏ ਦੰਗਿਆਂ ਦੇ ਨਾਲ-ਨਾਲ ਹੋਰ ਮੁੱਦਿਆਂ ਤੇ ਰੌਸ਼ਨੀ ਪਾਈ ਜਾਵੇਗੀ ਲੇਕਿਨ ਇਸੇ ਦੇ ਦਰਮਿਆਨ ਇੱਕ ਵੱਡੀ ਟਿੱਪਣੀ ਵਿਵੇਕ ਅਗਨੀ ਹੋਤਰੀ ਦੇ ਵੱਲੋਂ ਸ਼ਾਹਰੂਖ ਖਾਨ ਅਤੇ ਸਲਮਾਨ ਖਾਨ ਤੇ ਕਰ ਦਿੱਤੀ ਗਈ ਹੈ